टॉपिक है डेट इज बायोस चैप्टर है डेट इज बायोस बेसिक इनपुट आउटपुट सिस्टम तो जी बायोस के नाल आप हमेशा कला बायोस हैं इट इज ऑलवेज नोन एज रोम बायोस बेसिकली की है बायोस की है इट इज ए सॉफ्टवेयर एक सॉफ्टवेयर है जिड़ा कि एक एक चिप होंगी है ਮਦਰਬੋਰਡ ਦੇ ਉੱਪਰ ਰੋਮ ਚਿਪ ਮਦਰਬੋਰਡ ਦੇ ਉੱਪਰ ਇੱਕ ਚਿਪ ਹੁੰਦੀ ਹੈ ਰੋਮ ਚਿਪ ਉਹਦੇ ਵਿੱਚ ਸੌਫਟਵੇਅਰ ਸਟੋਰ ਕੀਤਾ ਹੁੰਦਾ ਹੈਗਾ ਪ੍ਰੋਗਰਾਮਿੰਗ ਪ੍ਰੋਗਰਾਮਿੰਗ ਦੇ थ्रू ਕੀ ਹੈ ਸੌਫਟਵੇਅਰ ਸਟੋਰ ਕੀਤਾ ਜਾਂਦਾ ਹੈਗਾ ਜਦੋਂ ਆਪਾਂ ਕਿਸੇ ਸੌਫਟਵੇਅਰ ਨੂੰ ਕਿਸੇ ਵੀ ਚਿਪ ਵਿੱਚ ਸਟੋਰ ਕਰਦੇ ਹਾਂ ਤਾਂ ਆਪਾਂ ਨੂੰ ਕੀ ਕਹਦੇ ਨੇ ਫਰਮਵੇਅਰ ਇਟ ਇਜ਼ ਨੋਨ ਐਸ ਫਰਮਵੇਅਰ ਕਿਉਂਕਿ ਤੁਸੀਂ ਆਲਰੇਡੀ ਪੜ੍ਹਿਆ ਹੋਏਗਾ ਇੱਕ ਸੌਫਟਵੇਅਰ ਹੁੰਦਾ ਹੈਗਾ ਇੱਕ ਹਾਰਡਵੇਅਰ ਹੁੰਦਾ ਹੈਗਾ ਇੱਕ ਥਰਡ ਟਰਮ ਹੁੰਦੀ ਹੈਗੀ ਆ ਫਰਮਵੇਅਰ ਜੇ ਕਿਸੇ ਸੌਫਟਵੇਅਰ ਨੂੰ ਕਿਸੇ ਚਿਪ ਦੇ ਵਿੱਚ ਸਟੋਰ ਕਰਦੀ ਆਪਾਂ ਤਾਂ ਉਹਨੂੰ ਫਰਮਵੇਅਰ ਕਹਿੰਦੇ ਹੈਗੇ ਸੋ ਜਿਹੜਾ ਰੋਮ ਹੈਗੀ ਆ ਜਾਂ ਰੋਮ ਬਾਇਓਸ ਹੈਗੀ ਆ ਸੋ ਰੋਮ ਚਿਪ ਹੈਗੀ ਰੀਡ-ਓਨਲੀ ਮੈਮਰੀ ਚਿਪ ਹੈਗੀ ਆ ਪ੍ਰੋਮ ਵੀ ਹੁੰਦੀ ਤੁਸੀਂ 22ਸ ਪੜ੍ਹੀ ਹੋਈਆਂ ਹੋਈਆਂ ਪ੍ਰੋਮ ਈਪੀ ਰੋਮ ਵਗੈਰਾ ਇਹ ਟਾਈਪ ਪ੍ਰੋਗਰਾਮੇਬਲ ਹੁੰਦੀ ਹੈਗੀ ਆ ਤੇ ਜਿਸ ਤਰ੍ਹਾਂ RAM ਦਾ ਇੱਕ ਇੰਪੋਰਟੈਂਟ ਰੋਲ ਹੈ ਸਿਮਿਲਰਲੀ ROM ਦਾ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਹੈ ਆਲਥੋ ਇਟ ਇਜ਼ ਅ ਰੀਡ-ਓਨਲੀ ਮੈਮਰੀ ਰੀਡ-ਓਨਲੀ ਮੈਮਰੀ ਦਾ ਮਤਲਬ ਕੀ ਹੈ ਯੂ ਕੈਨ ਓਨਲੀ ਰੀਡਿੰਗ ਪਰਪਸ ਲਈ ਹੁੰਦਾ ਉੱਤੇ ਰਾਈਟ ਨਹੀਂ ਕਰ ਸਕਦੇ ਸੋ ਜੇ ਰੀਡਿੰਗ ਪਰਪਸ ਲਈ ਹੈ ਤਾਂ ਆਪਣੇ ਕਿਸੇ ਯੂਸ ਲਈ ਹੈ ਨੇਚਰਲੀ ਕੀ ਹੈ ਯੂਸਲੀ ਨਹੀਂ ਹੈ ਸੋ ਇਹਦਾ ਇੱਕ ਡਿਫਰੈਂਟ ਪਰਪਸ ਹੈ ਜਿਹੜਾ ਕਿ ਇੱਕ ਕੰਪਿਊਟਰ ਦੇ ਆਨ ਹੋਣ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਰੋਲ ਅਦਾ ਕਰਦਾ ਹੈਗਾ ਮੀਨਸ ਕੀ ਹੈ ਰੈਮ ਉਦੋਂ ਕੰਮ ਕਰਦੀ ਜਦੋਂ ਸਿਸਟਮ ਆਪਾਂ ਕੰਮ ਕਰ ਰਿਹਾ ਹੋਵੇ ਸਿਸਟਮ ਤੇ ਪਰ ਰੋਮ ਦਾ ਕੰਮ ਸਭ ਤੋਂ ਪਹਿਲਾਂ ਉਦੋਂ ਸ਼ੁਰੂ ਹੁੰਦਾ ਹੈਗਾ ਜਦੋਂ ਤੁਸੀਂ ਸਵਿਚ ਔਨ ਕਰਦੇ ਆ ਸਭ ਤੋਂ ਪਹਿਲਾਂ ਜਦੋਂ ਕੰਪਿਊਟਰ ਦਾ ਤੁਸੀਂ ਸਵਿਚ ਔਨ ਕਰਦੇ ਹੋਗੇ ਆ ਜਿਹੜਾ ਫਰਸਟ ਸਟੈਪ ਜਿਹੜਾ ਹੈਗਾ ਔਨ ਕਰਨ ਤੋਂ ਬਾਅਦ ਜਿਹੜਾ ਫਰਸਟ ਕੰਟਰੋਲ ਹੈਗਾ ਉਹ ਕਿਹੜੀ ਚਿਪ ਨੂੰ ਜਾਂਦਾ ਹੈਗਾ 댓 ਇਜ਼ ਰੋਮ ਚਿਪ ਜਾਂ ਰੋਮ ਬਾਇਓ ਚਿਪ ਵੀ ਕਹਿੰਦੇ ਇਹਨੂੰ ਜਾਂ ਰੋਮ ਚਿਪ ਨਾਓ ਵਾਟ ਹੈਪਨਸ ਵੈਨ ਕੰਟਰੋਲ ਇਜ਼ ਟ੍ਰਾਂਸਫਰਡ ਟੂ ਦਾ rom chip ਹੁਣ ਇੰਪੋਰਟੈਂਸ ਇਹਦੀ ਆਪੇ ਤੁਹਾਨੂੰ ਪਤਾ ਲੱਗ ਜੇ ਕੀ ਹੈ ਜਦੋਂ ਆਪਾਂ ਸਿਸਟਮ ਨੂੰ ਔਨ ਕੀਤਾ ਜੋ ਸਿਸਟਮ ਨੂੰ ਔਨ ਕਰਦੇ ਆਪਾਂ ਜਸਟ ਕੀ ਆਪਾਂ ਪਾਵਰ ਦਿੱਤੀ ਹੁੰਦੀ ਕੀ ਜਸਟ ਕੀ ਹੈ ਜਿਹੜਾ CPU ਬਾਕਸ ਜਿਹੜਾ ਔਨ ਦਾ ਬਟਨ ਹੁੰਦਾ ਜਦੋਂ ਪ੍ਰੈਸ ਕਰਦੇ ਆਪਾਂ ਸੋ ਸਭ ਤੋਂ ਪਹਿਲਾਂ ਜਿਹੜਾ ਟ੍ਰਾਂਸਫਰ ਆਏਗਾ ਜਿਹੜਾ ਕੰਟਰੋਲ ਹੈ 댓 ਗੋਸ ਟੂ ROM chip ROM BIOS ਸੋ ਸੋ ਆਪ ਆਪਾ ਦੇਖ ਸਕਦੇ ਹੈਗੇ ਜੇ ਔਨ ਕਰਨ ਤੋਂ ਬਾਅਦ ਜੀ ਕੰਟਰੋਲ ਸਕੂਲ ਜਾ ਰਿਹਾ ਤੇ ਦੀ ਇੰਪੋਰਟੈਂਸ ਕਿੰਨੀ ਹੈਗੀ ਹੈ ਕਿਉਂਕਿ ਜੇ ਇਹ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਕੀ ਹੋਏਗਾ ਤਾਂ ਕੰਪਿਊਟਰ ਕੀ ਹੋਏਗਾ ਅ ਸਟਾਰਟ ਹੋਣ ਦੇ ਵਿੱਚ ਹੀ ਪ੍ਰੋਬਲਮ ਆ ਜਾਏਗੀ ਤੁਹਾਡੇ ਬਾਅਦ ਦਾ ਸਿਸਟਮ ਸਾਰਾ ਕੀ ਹੈ ਇਸ ਚੀਜ਼ ਨਾਲ ਲਿੰਕ ਹੈ ਜਦੋਂ ਸਿਸਟਮ ਤੁਸੀਂ ਔਨ ਕਰਦੇ ਹੈਗੇ ਰੋਮ ਦੇ ਵਿੱਚ ਕੀ ਹੈ ਇਹ ਤੁਹਾਨੂੰ ਦੱਸਿਆ ਚਿਪ ਜਿਹੜੀ ਹੈਗੀ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕੁਝ ਪ੍ਰੋਗਰਾਮਸ ਹੈਗੇ ਆ ਸਭ ਤੋਂ ਪਹਿਲੇ ਵਿੱਚ ਕੀ ਹੁੰਦਾ ਹੈਗਾ ਇਹਦੇ ਵਿੱਚ ਸਟਾਰਟਅਪ ਪ੍ਰੋਗਰਾਮ ਹੈਗੇ ਆ ਸਟਾਰਟਅਪ ਪ੍ਰੋਗਰਾਮਸ ਸਟਾਰਟਅਪ ਪ੍ਰੋਗਰਾਮਸ ਉਹ ਪ੍ਰੋਗਰਾਮਸ ਹੈਗੇ ਆ ਜਿਹੜੇ ਇਨੀਸ਼ੀਅਲਾਈਜ਼ ਜਦੋਂ ਔਨ ਕਰਕੇ ਇਨੀਸ਼ੀਅਲਾਈਜ਼ ਹੁੰਦੇ ਜਿਹੜੇ ਕਿ ਸਿਸਟਮ ਨੂੰ ਸਟਾਰਟ ਕਰਨ ਚ ਹੈਲਪ ਕਰਦੇ ਹੈਗੇ ਆ ਸੋ ਸਿਸਟਮ ਦੀ ਸਟਾਰਟਿੰਗ ਜਿਹੜੀ ਹੋਣੀ ਹੈਗੀ ਆ ਉਹ ਸਾਰੇ ਪ੍ਰੋਗਰਾਮ ਕਾਦੇ ਚ ਹੁੰਦੇ ਗਿਆ ਰੋਮ ਬਲਿਸ਼ਿਪ ਦੇ ਵਿੱਚ ਹੁੰਦੇ ਹੈਗੇ ਆ ਕਿਉਂਕਿ ਤੁਹਾਡਾ ਜਿਹੜਾ ਆਪਰੇਟਿੰਗ ਸਿਸਟਮ ਵਗੈਰਾ ਉਹ ਤਾਂ ਹਾਰਡ ਡਿਸਕ ਦੇ ਵਿੱਚ ਹੁੰਦਾ ਹੈਗਾ ਸੋ ਉਹਦਾ ਕੰਮ ਬਾਅਦ ਸ਼ੁਰੂ ਹੁੰਦਾ ਹੈਗਾ ਸਭ ਤੋਂ ਪਹਿਲਾਂ ਇਹਸ ਦਾ ਸ਼ੁਰੂ ਹੁੰਦਾ ਹੈ ਫੰਕਸ਼ਨ ਉਸ ਤੋਂ ਬਾਅਦ ਕੀ ਇਹਦੇ ਵਿੱਚ ਇੱਕ ਪੋਸਟ ਹੁੰਦਾ ਪ੍ਰੋਗਰਾਮ ਪੋਸਟ ਪ੍ਰੋਗਰਾਮ ਕੀ ਹੈ ਪਾਵਰ ਔਨ ਸੈਲਫ ਟੈਸਟ ਸੋ ਇਹਦਾ ਪਰਪਸ ਕੀ ਹੈ ਜਦੋਂ ਸਿਸਟਮ ਨੂੰ ਤੁਸੀਂ ਪਾਵਰ ਔਨ ਕੀਤਾ ਔਨ ਪ੍ਰੈਸ ਕੀਤਾ ਬਟਨ ਤਾਂ ਸਭ ਤੋਂ ਪਹਿਲਾਂ ਪਾਵਰ ਔਨ ਤੋਂ ਬਾਅਦ ਸੈਲਫ ਟੈਸਟਿੰਗ ਕਰਦਾ ਮੀਨਸ ਕੀ ਹੈ ਸਿਸਟਮ ਆਪਣੇ ਆਪ ਨੂੰ ਚੈੱਕ ਕਰਦਾ ਹੈਗਾ ਜਿੰਨੇ ਵੀ ਉਹਦੇ ਚ ਡਿਵਾਈਸਸ ਉਹਦੇ ਨਾਲ ਅਟੈਚ ਹੈ ਜਿੰਨੇ ਵੀ ਕਨੈਕਟਰਸ ਹੈਗੇ ਜਿੰਨੀਆਂ ਪੋਰਟਸ ਹੈਗੀਆਂ ਇਹ ਸਾਰਿਆਂ ਦੀ ਚੈਕਿੰਗ ਜਿਹੜੀ ਕੌਣ ਕਰਦਾ ਹੈਗਾ ਇਹ ਆਟੋਮੈਟਿਕ ਚੈਕਿੰਗ ਕਰਨ ਲਈ ਇੱਕ ਸੌਫਟਵੇਅਰ ਬਣਿਆ ਡੈਟ ਇਸ ਨੋਨ ਐ ਪੋਸਟ ਇਹ ਵੀ ਇੱਕ ਪ੍ਰੋਗਰਾਮ ਹੈਗਾ ਥੈਨ ਇਨੀਸ਼ੀਅਲ ਡਿਵਾਈਸ ਡਰਾਈਵਰਸ ਡਿਵਾਈਸ ਡਰਾਈਵਰਸ ਹੁਣ ਕੰਪਿਊਟਰ ਦੇ ਵਿੱਚ ਕੀ ਹੈ ਕੋਈ ਵੀ ਐਦਾਂ ਦਾ ਡਿਵਾਈਸ ਨਹੀਂ ਹੈ ਜਿਹੜਾ ਸੌਫਟਵੇਅਰ ਤੋਂ ਬਿਨਾ ਚੱਲਦਾ ਹੋਵੇ ਇਵਨ ਤੁਹਾਡਾ ਜਿਹੜਾ ਮਾਊਸ ਹੈ ਕੀਬੋਰਡ ਹੈ ਇਹਨਾਂ ਦੇ ਵੀ ਇੱਕ ਸੌਫਟਵੇਅਰ ਡਰਾਈਵਰ ਹੁੰਦੇ ਜਿਹਦੇ ਕਰਕੇ ਜਿਹਨੂੰ ਆਪਾਂ ਕਹਿੰਦੇ ਨੇ ਵੀ ਕੀਬੋਰਡ ਦਾ ਸੌਫਟਵੇਅਰ ਹੋਣਾ ਹੈ ਜਾਂ ਮਾਊਸ ਦਾ ਡਰਾਈਵਰ ਹੈ ਸੋ ਜਿਹੜਾ ਇਹ ਡਿਵਾਈਸ ਡਰਾਈਵਰ ਦਾ ਕੰਮ ਕੀ ਹੁੰਦਾ ਹੈਗਾ ਕੋਈ ਵੀ ਡਿਵਾਈਸ ਹਾਰਡਵੇਅਰ ਡਿਵਾਈਸ ਜਦੋਂ ਫਿਜ਼ੀਕਲੀ ਤੁਸੀਂ ਅਟੈਚ ਕਰ ਦਿੰਦੇ ਨੇ ਕੰਪਿਊਟਰ ਦੇ ਨਾਲ ਇਹ ਉਹਨਾਂ ਟਾਈਮ ਕੰਮ ਨਹੀਂ ਕਰਦਾ ਜਨਚੇਰ ਇਹਦਾ ਸੌਫਟਵੇਅਰ ਜਾਂ ਕਹੇ ਲੋ ਡਿਵਾਈਸ ਡਰਾਈਵਰ ਲੋਡਡ ਨਹੀਂ ਹੈ ਇਵਨ ਤੁਸੀਂ ਜਦੋਂ ਪ੍ਰਿੰਟਰ ਇੰਸਟਾਲ ਕਰਦੇ ਆਗੇ ਤੁਸੀਂ ਦੇਖਿਆ ਹੋਗਾ ਪ੍ਰਿੰਟਰ ਤੁਸੀਂ ਕਨੈਕਟ ਤਾਂ ਫਿਜ਼ੀਕਲੀ ਕਰ ਦਿੰਦੇ ਆ ਪਰ ਅਨਲੈਸ ਉਹ ਨੱਚੇ ਰਿ ਵਰਕ ਨਹੀਂ ਕਰਦਾ ਜਿੰਨਾ ਸ਼ੇਰ ਉਹਦਾ ਤੁਸੀਂ ਪ੍ਰੋਪਰ ਉਸ ਪ੍ਰਿੰਟਰ ਦਾ ਸੌਫਟਵੇਅਰ ਇੰਸਟਾਲ ਨਹੀਂ ਕਰਦੇ ਜਾਂ ਉਹਨੂੰ ਕਹਦੇ ਉਹਦਾ ਸੈਟਅਪ ਨਹੀਂ ਚਲਾਉਂਦੇ ਉਹਦਾ ਸੌਫਟਵੇਅਰ ਨਹੀਂ ਚਲਾਉਂਦੇ ਉਸ ਨੂੰ ਆਪਾਂ ਕੀ ਇਹਨੇ ਡਿਵਾਈਸ ਡਰਾਈਵ ਸੋ ਸਭ ਤੋਂ ਪਹਿਲਾਂ ਸਿਸਟਮ ਨੂੰ ਔਨ ਕਰਨ ਚ ਕਿਉਂਕਿ ਇਵਨ ਤੁਹਾਡਾ ਡਿਸਪਲੇ ਡਿਵਾਈਸ ਵੀ ਦਿੱਸਦਾ ਜਿਹੜਾ ਮੋਨੀਟਰ ਹੈ ਉਹ ਵੀ ਤਾਂ ਹੀ ਗਲੋ ਕਰੇਗਾ ਜਾਂ ਕੈਨ ਕਹਦਾ ਮਤਲਬ ਉਸ ਤੇ ਸਿਸਟਮ ਵਰਕ ਕਰੇਗਾ ਜੀ ਉਹਦਾ ਡਰਾਈਵਰ ਹੈ ਇਵਨ ਡਿਸਪਲੇ ਦੇ ਵੀ ਡਰਾਈਵਰ ਹੁੰਦੇ ਆਗੇ ਉਹ ਵੀ ਕੁਝ ਇਨੀਸ਼ੀਅਲ ਡਰਾਈਵਰ ਜਿਹੜੇ ਹੈਗੇ ਆ ਉਹ ਕਾਦੇ ਚ ਹੁੰਦੇ ਆਗੇ ਰੋਮ ਵਾਈਸ ਜਿਹੜੀ ਚਿਪ ਦੇ ਵਿੱਚ ਹੁੰਦੀ ਹੈਗੇ ਤੇ ਸਭ ਤੋਂ ਬਾਅਦ ਇੱਕ ਇੰਪੋਰਟੈਂਟ ਜਿਹੜਾ ਇਹਦਾ ਕੰਮ ਹੈਗਾ ਲੋਡਿੰਗ ਆਫ ਦਾ ኦਪਰੇਟਿੰਗ ਸਿਸਟਮ ਲੋਡਿੰਗ ਆਫ ਆਪਰੇਟਿੰਗ ਸਿਸਟਮ ਉਹ ਲੋਡਿੰਗ ਆਫ ਦਾ ਆਪਰੇਟਿੰਗ ਸਿਸਟਮ ਟੂ ਰੈਮ ਸੋ ਇੱਕ ਸੌਫਟਵੇਅਰ ਇੰਪੋਰਟੈਂਟ ਕੰਮ ਕੀਦਾ ਲੋਡਿੰਗ ਆਫ ਆਪਰੇਟਿੰਗ ਸਿਸਟਮ ਟੂ ਰੈਮ ਹੁਣ ਆਪਾਂ ਕਹਾਂਗੇ অপারেটিং ਸਿਸਟਮ ਦਾ ਮਤਲਬ ਕੀ ਹੈ ਰੈਮ ਕੀ ਸੋ ਜਦੋਂ ਵੀ ਤੁਸੀਂ ਸਿਸਟਮ ਤੇ ਨਵੇਂ ਸਿਸਟਮ ਤੇ ਵੀ অপারেটিং ਸਿਸਟਮ ਇੰਸਟਾਲ ਕਰਦੇ ਆਗੇ ਤਾਂ ਆਪਾਂ অপারেটিং ਸਿਸਟਮ ਕਿਹੜੀ ਜਗ੍ਹਾ ਤੇ ਇੰਸਟਾਲ ਕਰਦੇ ਆ मोस्ट ਪ੍ਰੋਬਬਲੀ ਆਪਾਂ ਕੀ ਕਰਦੇ ਆਗੇ ਜਿਹੜੀ ਕੰਪਿਊਟਰ ਦੀ ਸੀ ਪਾਰਟੀਸ਼ਨ ਹੁੰਦੀ ਹੈ ਜਿਹੜੀ ਐਕਟਿਵ ਪਾਰਟੀਸ਼ਨ ਹੁੰਦੀ ਹੈਗੀ ਆ ਹਾਰਡ ਡਿਸਕ ਦੀ ਸੀ ਜਾਂ ਡੀ ਡਰਾਈਵ ਹੁੰਦੀ ਹੈ ਜੇ ਡੀ ਡਰਾਈਵ ਹੈ ਤਾਂ ਉਹਨਾਂ ਚ ਜਿਹੜੀ ਸੀ ਪਾਰਟੀਸ਼ਨ ਹੁੰਦੀ ਹੈਗੀ ਆ ਉਹਦੇ ਚ ਆਪਾਂ ਕੀ ਆ অপারেটিং ਸਿਸਟਮ ਦੀਆਂ ਸਾਰੀਆਂ ਫਾਈਲਾਂ ਕਾਪੀ ਕਰਦੇ ਆਗੇ ਆਪਰੇਟਿੰਗ ਸਿਸਟਮ ਸਾਰਾ ਕਿੱਥੇ ਫਾਈਲਾਂ ਪਈਆਂ ਸਾਰੀਆਂ ਸੀ ਡਰਾਈਵ ਦੇ ਵਿੱਚ ਪਰ ਕੰਪਿਊਟਰ ਉਹਨਾਂ ਚਿਰ ਕੰਮ ਨਹੀਂ ਕਰਦਾ ਜਿੰਨਾ ਚਿਰ ਆਪਰੇਟਿੰਗ ਸਿਸਟਮ ਦੀਆਂ ਫਾਈਲਾਂ ਲੋਡ ਹੋ ਕੇ ਰੈਮ ਦੇ ਵਿੱਚ ਨਹੀਂ ਆਉਂਦੀਆਂ ਰੈਂਡਮ ਐਕਸੈਸ ਮੈਮਰੀ ਦੇ ਵਿੱਚ ਨਹੀਂ ਆਉਂਦੀਆਂ ਸੋ ਕੀ ਹੁੰਦਾ ਹੈਗਾ ਜਦੋਂ ਇਹ ਟੈਸਟ ਹੋ ਜਾਂਦਾ 스타ਟਅਪ ਪ੍ਰੋਗਰਾਮ ਐਗਜ਼ੀਕਿਊਟ ਹੋ ਜਾਂਦਾ ਪਾਵਰ ਆਨ ਸੈਲਫ ਟੈਸਟ ਹੋ ਜਾਂਦਾ ਇਨੀਸ਼ੀਅਲ ਡਿਵਾਈਸ ਡਰਾਈਵਰ ਲੋਡਡ ਹੋ ਜਾਂਦੇ ਹੈਗੇ ਉਸ ਤੋਂ ਬਾਅਦ ਕੀ ਹੈ ਜਿਹੜਾ ਕੰਟਰੋਲ ਹੈ ਉਹ ਕਿਹਨੂੰ ਟ੍ਰਾਂਸਫਰ ਹੋ ਜਾਂਦਾ ਹੈਗਾ ਹਾਰਡ ਡਿਸਕ ਕੋਲ ਜਾਂਦਾ ਹੈਗਾ ਹਾਰਡ ਡਿਸਕ ਕੀ ਹੁੰਦਾ ਹੈਗਾ ਹਾਰਡ ਡਿਸਕ ਜਿਹੜਾ ਜਿਹੜਾ ਇੱਕ ਪਾਰਟਿਕਲ ਸਪੇਸ ਪਲੇਸ ਹੈਗੀ ਜਿਹੜੀ ਜਗ੍ਹਾ ਤੇ ਆਪਰੇਟਿੰਗ ਸਿਸਟਮ ਦੀਆਂ ਫਾਈਲਸ ਹੁੰਦੀਆਂ ਹੈਗੀਆਂ ਉੱਥੋਂ ਕੀ ਇਹ ਬੂਟ ਲੋਡਰ ਪ੍ਰੋਗਰਾਮ ਹੁੰਦਾ ਇੱਕ ਬੂਟ ਬੂਟ ਲੋਡਰ ਪ੍ਰੋਗਰਾਮ ਬੂਟ ਲੋਡਰ ਪ੍ਰੋਗਰਾਮ ਦਾ ਕੰਮ ਕੀ ਹੈ ਇਹ ਬੂਟਿੰਗ ਚ ਹੈਲਪ ਕਰਦਾ ਹੈਗਾ ਮੀਨਸ ਕੀ ਹੈ ਜਿਹੜੀਆਂ ਆਪਰੇਟਿੰਗ ਸਿਸਟਮ ਦੀਆਂ ਫਾਈਲਾਂ ਹਾਰਡ ਡਿਸਕ ਦੇ ਵਿੱਚ ਪਈਆਂ ਹੁੰਦੀਆਂ ਹੈਗੀਆਂ ਉੱਥੋਂ ਇਹ ਸਟਾਰਟ ਉਠਾਣੀ ਸ਼ੁਰੂ ਕਰਦਾ ਹੈ ਤੇ ਉਸ ਕਾਦੇ ਚ ਲੋਡ ਕਰਦਾ ਹੈਗਾ RAM ਦੇ ਵਿੱਚ ਲੋਡ ਹੋ ਜਾਂਦਾ ਹੈਗਾ ਜਦੋਂ RAM ਦੇ ਵਿੱਚ ਲੋਡ ਹੋ ਜਾਂਦੀ ਹੈਗੀਆਂ অপারেটিং ਸਿਸਟਮ ਦੀ ਇਹ ਫਾਇਦਾ ਜਿਹੜੀਆਂ ਹਾਰਡ ਡਿਸਕ ਦੇ ਵਿੱਚ ਪਈਆਂ ਗਈਆਂ ਤਾਂ ਉਹ ਜਿਹੜੀਆਂ ਲੋਡਿੰਗ ਦੀ ਲੋਡਿੰਗ ਆਫ অপারেটিং ਸਿਸਟਮ ਜਦੋਂ ਹੋ ਜਾਂਦਾ ਲੋਡ ਹੋ ਜਾਂਦਾ অপারেটিং ਸਿਸਟਮ ਤੇ ਤੁਹਾਡੇ ਸਿਸਟਮ ਦੇ ਉੱਪਰ ਕੀ ਹੁੰਦਾ ਹੈ ਕੰਪਿਊਟਰ ਦੇ ਉੱਤੇ ਆਪਾਂ ਨੂੰ ਵਿੰਡੋਜ਼ ਦਾ ਸਿੰਬਲ ਸ਼ੁਰੂ ਆ ਜਾਂਦਾ ਹੈਗਾ ਤੇ ਆਪਣਾ ਜਿਹੜਾ ਕਰਸਰ ਹੈਗਾ ਉਹਦੀ ਮੂਵਮੈਂਟ ਸ਼ੁਰੂ ਹੋ ਜਾਂਦੀ ਹੈਗੀ ਸੋ BIOS ਦਾ ਇੰਨਾ ਇੰਪੋਰਟੈਂਟ ਰੂਲ ਹੈ ਜਾਂ ਬੂਟਿੰਗ ਦਾ ਕਹ ਲਓ ਜੇ ਇਹ ਇਹ ਪ੍ਰੋਸੈਸ ਕਿਤੇ ਵੀ ਫਾਲਟ ਹੁੰਦਾ ਹੈਗੇ ਇਹਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਗਈ ਆ ਤੁਹਾਡੀਆਂ ਵਿੰਡੋਸ ਲੋਡ ਨਹੀਂ ਹੁੰਦੀਆਂ ਤੁਸੀਂ ਕਈ ਵਾਰ ਦੇਖਿਆ ਹੋਏਗਾ ਆਪਣੇ ਵਿੰਡੋਸ ਕਰਾਪਟ ਹੋ ਜਾਂਦੀਆਂ ਬੇਸਿਕਲੀ ਹੁੰਦਾ ਕਿ ਜਦੋਂ ਇਹ ਲੋਡਿੰਗ ਹੁੰਦੀ ਹੈਗੀ ਆ ਲੋਡਿੰਗ ਆਫ ઓਪਰੇਟਿੰਗ ਸਿਸਟਮ ਫਾਈਲਸ ઓਪਰੇਟਿੰਗ ਸਿਸਟਮ ਫਾਈਲ ਜਿਹੜੀਆਂ ਜਦੋਂ ਲੋਡ ਹੁੰਦੀਆਂ ਹੈਗੀਆਂ RAM 'ਚ ਉਹਦੇ ਕਈ ਵਾਰ ਜਿਹੜਾ ઓਪਰੇਟਿੰਗ ਸਿਸਟਮ ਆਪਣਾ ਕਾਦੇ 'ਚ ਪਿਆ ਹੁੰਦਾ C ਡਰਾਈਵ ਦੇ ਵਿੱਚ C ਪਾਰਟੀਸ਼ਨ 'ਚ ਜੇ ਉੱਚ ਕੋਈ ਵੀ ਫਾਈਲ ਕਰਪਟ ਹੋ ਜੇ ਤਾਂ ਪ੍ਰੋਪਰ ਲੋਡਿੰਗ ਨਹੀਂ ਹੁੰਦੀ ਜੇ ਲੋਡਿੰਗ ਨਹੀਂ ਹੁੰਦੀ ਤਾਂ ਵਿੰਡੋਸ ਉੱਤੇ ਸਟਕ ਕਰ ਜਾਂਦੀ ਹੈਗੀ ਆ ਸੋ ਆਪਣਾ ਸਿਸਟਮ ਵਰਕ ਨਹੀਂ ਕਰਦਾ ਹੈਗਾ ਸੋ ਸਿਸਟਮ ਉਦੋਂ ਹੀ ਵਰਕ ਕਰਦਾ ਜਦੋਂ ਲੋਡ ਹੋ ਕੇ অপারেটিং ਸਿਸਟਮ ਫਾਈਲਾਂ ਜਿਹੜੀਆਂ RAM ਦੇ ਵਿੱਚ ਆ ਜਾਂਦੀ ਹੈਗੀਆਂ ਜਦੋਂ RAM ਚ ਆ ਜਾਂਦੀ ਹੈ ਸਿਸਟਮ ਕੰਮ ਕਰਨ ਦੇ ਯੋਗ ਹੋ ਜਾਂਦਾ ਹੈਗਾ ਸੋ ਉਸ ਤੋਂ ਬਿਨਾ ਕੀ ਹੈ ਸਿਸਟਮ ਤੇ ਤੁਸੀਂ ਅਨਲੈਸ ਜਿੰਨਾ ਟਾਈਮ ਜਦੋਂ ਤੱਕ অপারেটিং ਸਿਸਟਮ ਲੋਡ ਹੋ ਕੇ ਸਕਰੀਨ ਤੇ ਨਹੀਂ ਹੁੰਦਾ ਹੈਗਾ RAM RAM ਚ ਨਹੀਂ ਹੁੰਦਾ ਹੈਗਾ ਉਸ ਤੋਂ ਬਾਅਦ ਹੀ ਆਪਾਂ ਕੰਪਿਊਟਰ ਤੇ ਕੋਈ ਵੀ ਕੰਮ ਕਰ ਸਕਦੇ ਹਾਂ ਚਾਹੇ ਕੋਈ ਵੀ ਐਪਲੀਕੇਸ਼ਨ ਆ ਚਾਹੇ ਤੁਸੀਂ ਇੰਟਰਨੈਟ ਐਕਸੈਸ ਕਰਨੀ ਹੈਗੀ ਹੈ ਜਾਂ ਕੁਝ ਵੀ ਕਰਨਾ ਐਪਲੀਕੇਸ਼ਨ ਆ ਵਰਡ ਕੰਮ ਕਰਨਾ ਹੈਗਾ ਸੋ ਉਹਨਾਂ ਟਾਈਮ ਤੁਸੀਂ ਕੁਝ ਵੀ ਕਰ ਨਹੀਂ ਸਕਦੇ ਸੋ ਇੱਕ ਇਹ ਜਿਹੜਾ ਪ੍ਰੋਸੈਸ ਹੈ ਸਾਰਾ ਇਹ ਜਿਹੜਾ ਹੈ ਕੀ ਹੈ ਇੱਕ ਲੋਡਿੰਗ ਆਫ ਦਾ ኦਪਰੇਟਿੰਗ ਸਿਸਟਮ ਸ਼ੁਰੂ ਤੋਂ ਲੈ ਕੇ ਸਟਾਰਟਅਪ ਪ੍ਰੋਗਰਾਮ ਤੋਂ ਲੈ ਕੇ ਪਾਵਰ ਆਨ ਸੈਲਫ ਤੱਕ ਲੋਡਿੰਗ ਆਫ ਦਾ ኦਪਰੇਟਿੰਗ ਸਿਸਟਮ ਤੋ ਇਹ ਜਿਹੜਾ ਪ੍ਰੋਸੈਸ ਆ ਇਸ ਪ੍ਰੋਸੈਸ ਨੂੰ ਆਪਾਂ ਕੀ ਕਹਦੇ ਨੇ ਹੈਗੇ ਆ ਬੂਟਿੰਗ ਜੇ ਤੁਸੀਂ ਸੁਣਿਆ ਹੋਵੇਗਾ ਬੂਟਿੰਗ ਬੂਟਿੰਗ ਵਰਡ ਸੁਣਿਆ ਹੋਵੇਗਾ ਪਹਿਲਾ ਵਰਡ ਅੱਜ ਕੱਲ੍ਹ ਦਾ ਸਿਸਟਮ ਕਹਦੇ ਨੇ ਆਪਾਂ ਬੂਟ ਕਰ ਗਿਆ ਬੂਟ ਕਰਨ ਦਾ ਮਤਲਬ ਕੀ ਹੈ ਨਾਓ ਸਿਸਟਮ ਇਜ਼ ਰੈਡੀ ਟੂ ਵਰਕ ਮੀਨਸ ਕੀ ਤੁਸੀਂ ਸਿਸਟਮ ਤੇ ਕੰਮ ਕੰਪਿਊਟਰ ਤੇ ਉਹਨਾਂ ਉਦੋਂ ਹੀ ਕਰ ਸਕਦੇ ਹੋ ਜਦੋਂ ਤੱਕ ਆਪਰੇਟਿੰਗ ਸਿਸਟਮ ਰੈਮ ਦੇ ਵਿੱਚ ਆ ਜਾਂਦਾ ਹੈਗਾ ਲੋਡ ਹੋ ਜਾਂਦਾ ਹੈਗਾ ਉਸ ਤੋਂ ਪਹਿਲਾਂ ਤੁਸੀਂ ਸਿਸਟਮ ਤੇ ਕੰਮ ਨਹੀਂ ਕਰ ਸਕਦੇ ਕਿਉਂਕਿ ਇੱਕ ਹੁਣ ਤੁਸੀਂ ਡੈਫੀਨੇਸ਼ਨ ਵੀ ਪੜ੍ਹੀ ਹੋਏਗੀ ਆਪਰੇਟਿੰਗ ਸਿਸਟਮ ਦੀ ਸੋ অপারেটিং ਸਿਸਟਮ ਦੀ ਡਿਫੀਨੀਸ਼ਨ ਕੀ ਹੈ ਇਟ ਇਟ ਇਜ਼ ਐਨ ਇੰਟਰਫੇਸ ਬਿਟਵੀਨ ਯੂਜ਼ਰ ਐਂਡ ਕੰਪਿਊਟਰ ਯੂਜ਼ਰ ਐਂਡ ਕੰਪਿਊਟਰ ਦਾ ਮਤਲਬ ਕੀ ਹੈ ਇੱਕ ਇੰਟਰਫੇਸ ਦਾ ਕੰਮ ਕਰਦਾ ਜਿੰਨਾ ਚਿਰ ਇਹ ਇੰਟਰਫੇਸ ਅਵੇਲੇਬਲ ਹੈਗਾ ਤੁਸੀਂ ਕੰਪਿਊਟਰ ਤੇ ਕੰਮ ਕਰ ਸਕਦੇ ਹੋਗੇ ਜਦੋਂ ਇੰਟਰਫੇਸ ਨਹੀਂ ਅਵੇਲੇਬਲ ਹੈਗਾ ਜਾਂ ਕੁਝ ਫਾਲਟ ਆ ਜਾਂਦਾ ਹੈਗਾ ਕੰਪਿਊਟਰ ਤੇ ਆਪਾਂ ਕੰਮ ਨਹੀਂ ਕਰ ਸਕਦੇ ਸੋ ਆਮ ਹੀ ਤੁਸੀਂ ਸਿਸਟਮ ਦੇਖੇ ਹੋਣਗੇ ਜਿਹੜੇ ਕਰਪਟ ਹੋਏ ਹੁੰਦੇ ਜਿਨ੍ਹਾਂ ਚ ਵਿੰਡੋਜ਼ ਪ੍ਰੋਪਰ ਨਹੀਂ ਇੰਸਟਾਲ ਹੋ ਰਹੀ ਹੁੰਦੀਗੀ ਜਾਂ ਲੋਡ ਨਹੀਂ ਹੋ ਰਹੀ ਹੁੰਦੀਗੀ ਤਾਂ ਉਹਨਾਂ 'ਚ ਕੀ ਹੁੰਦਾ ਹੈਗਾ ਦੇਰ ਇਜ਼ ਸਮ ਫਾਲਟ ਇਨ ਬਟਵੀਨ ਕੀ ਹਾਰਡ ਡਿਸਕ ਦੇ ਵਿੱਚ ਫਾਲਟ ਹੋ ਸਕਦਾ ਸਾਡੀਆਂ ਵਿੰਡੋ ਦੀਆਂ ਫਾਈਲਾਂ ਕਰਪਟ ਹੋ ਜਾਂਦੀਆਂ ਹੈਗੀਆਂ ਸੋ ਬਾਇਓਸ ਦਾ ਇੱਕ ਕੀ ਹੈ ਬਹੁਤ ਹੀ ਇੰਪੋਰਟੈਂਟ ਰੋਲ ਹੈ ਇਹਦੇ ਵਿੱਚ ਤੜੇ ਬੂਟਿੰਗ ਦੇ ਵਿੱਚ ਸੋ ਬਾਇਓਸ ਤਾਂ ਇੱਕ ਰੋਮ ਬਾਇਓਸ ਕਿਉਂਕਿ ਇਹਦੇ ਵਿੱਚ ਆਪਣਾ ਕੋਈ ਲਿੰਕ ਨਹੀਂ ਹੁੰਦਾ ਹੈਗਾ ਯੂਜ਼ਰ ਦਾ ਇਹ ਕੀ ਹੈ ਜੋ ਹਾਰਡਵੇਅਰ ਡਿਜ਼ਾਈਨਰ ਹੁੰਦੇ ਜਦੋਂ ਹਾਰਡਵੇਅਰ ਜਦੋਂ ਮੈਨੂਫੈਕਚਰਰ ਹੈਗਾ ਉਹ ਰੋਮ ਬਾਇਓਸ ਚਿਪ ਨੂੰ ਡਿਜ਼ਾਈਨ ਕਰਦਾ ਹੈਗਾ ਤੇ ਉਸ ਤੋਂ ਬਾਅਦ ਵਿੱਚ ਬਹੁਤ ਘੱਟ ਆਪਰੇਸ਼ਨ ਦੀ ਜ਼ਰੂਰਤ ਪੈਂਦੀ ਹੈਗੀ ਇਹ ਇਹਦੇ ਬਹੁਤ ਰੀਅਰਲੀ ਇਹ ਖਰਾਬ ਹੁੰਦੀ ਹੈ ਰੈਮ ਚ ਫਾਲਟ ਆ ਜਾਂਦੇ ਆ ਪਰ ਰੋਮ ਦੇ ਵਿੱਚ ਕਦੇ ਫਾਲਟ ਬਹੁਤ ਘੱਟ ਹੁੰਦੇ ਹੈਗੇ ਸੋ ਜੇ ਡਾਇਗਰਮੈਟਿਕਲੀ ਮੈਂ ਤੁਹਾਨੂੰ ਸ਼ੋ ਕਰਾਂ ਤਾਂ ਇਹਦਾ ਇੱਕ ਕਨਸੈਪਟ ਕੀ ਹੋਏਗਾ ਔਨ ਸਿਸਟਮ ਔਨ ਤੋਂ ਬਾਅਦ ਕੀ ਹੈ ਇਹ ਸਿਸਟਮ ਤੁਸੀਂ ਔਨ ਕੀਤਾ ਬਟਨ ਉਸ ਤੋਂ ਬਾਅਦ ਕੀ ਹੈ ਪਾਵਰ অন ਸੌਲਵ ਟੈਸਟ ਵਗੈਰਾ ਹੋਇਆ ਠੀਕ ਹੈ ਦੈਨ ਫਰਦਰ ਜਿਹੜਾ ਬੂਟ ਲੋਡਰ ਪ੍ਰੋਗਰਾਮ ਹੁੰਦਾ ਹੈਗਾ ਉਹਨੂੰ ਬੂਟ ਲੋਡਰ ਲੋਡਰ ਪ੍ਰੋਗਰਾਮ ਹੁੰਦਾ ਹੈਗਾ ਉਹ ਇਨੀਸ਼ੀਅਟ ਹੁੰਦਾ ਹੈਗਾ ਜਿਹੜੀ ਹਾਰਡ ਡਿਸਕ ਹੈਗੀ ਹੈ ਉਹਦੀ ਸੀ ਪਾਰਟੀਸ਼ਨ ਹੈ ਜਿੱਥੇ ਵਿੰਡੋਸ ये की करता विंडोज़ जिथे सी पार्टिशन पाई हैं उस विंडोज़ तो की है फाइल जगिया लोडिंग ऑफ फाइल्स टू रैम एक की है रैम तो लोडिंग हो जाती हैगी जगह तो हार्ड डिस्क तो लैके तो रैम तो बाद ਜੋ ਤਾਂ ਲੋਡਿੰਗ ਹੋ ਜਾਂਦੀ ਹੈ অপারেটিং ਸਿਸਟਮ ਫਾਈਲਾਂ देन ਸਿਸਟਮ ਇਜ਼ ਰੈਡੀ ਸਿਸਟਮ ਇਜ਼ ਰੈਡੀ ਟੂ ਯੂਜ਼ ਸੋ ਜਿਹੜਾ ਇਹ ਪ੍ਰੋਸੈਸ ਹੈ ਜਿਹੜੇ ਸਟੈਪ ਹੈਗੇ ਆ ਇਹ ਸਾਰੇ ਨੂੰ ਆਪਾਂ ਕੀ ਕਹ ਦਿੰਨੇ ਆ ਬੂਟਿੰਗ ਬੂਟਿੰਗ ਦਾ ਮਤਲਬ ਕੀ ਹੈ ਨਾਓ ਸਿਸਟਮ ਇਜ਼ ਰੈਡੀ ਫॉर ਵਰਕ ਇੱਕ ਬੇਸਿਕ ਰੋਮ ਦਾ ਫੰਕਸ਼ਨ ਪਤਾ ਲੱਗ ਗਿਆ ਤੁਹਾਨੂੰ ਰੋਮ ਕੀ ਹੁੰਦਾ ਹੈਗਾ ਰੀਡ ਓਨਲੀ ਮੈਮਰੀ ਹੁੰਦੀ ਹੈਗੀ ਆ ਇਹਦੇ ਵਿੱਚ ਕੁਝ ਪ੍ਰੋਗਰਾਮ ਰੱਖੇ ਹੁੰਦੇ ਆ ਇਹਨੂੰ ਆਪਾਂ ਇਹਨੂੰ ਫਰਮਵੇਅਰ ਵੀ ਕਹਦੇ ਨੇ ਕਿਉਂਕਿ ਇਹ ਸੌਫਟਵੇਅਰ ਹੁੰਦਾ ਹੈਗਾ ਪਰ ਸਟੋਰ ਕਾਦੇ ਵਿੱਚ ਕੀ ਚਾ ਹੁੰਦਾ ਹੈ ਕਿ ਹਾਰਡਵੇਅਰ ਚਿਪ ਦੇ ਵਿੱਚ ਜਦੋਂ ਆਪਾਂ ਸੌਫਟਵੇਅਰ ਨੂੰ ਹਾਰਡਵੇਅਰ ਚਿਪ ਜੀ ਸਟੋਰ ਕਰ ਦਈਏ ਉਹਨੂੰ ਫਰਮਵੇਅਰ ਕਹਿੰਦੇ ਆ ਐਫ ਆਈ ਆਰ ਐਮ ਫਰਮਵੇਅਰ ਸੋ ਇਸ ਤੋਂ ਲਾਵਾ ਵੀ ਇਹਦੇ ਕਾਫੀ ਫੰਕਸ਼ਨਸ ਹੈਗੇ ਆ ਇਹਦਾ ਜਨਰਲ ਫੰਕਸ਼ਨਸ ਹੈਗੇ ਆ ਇੱਕ ਇਹਦੇ ਵਿੱਚ ਇੱਕ ਹੋਰ ਸੈਟਅਪ ਪ੍ਰੋਗਰਾਮ ਹੁੰਦਾ ਇਹਦੇ ਨਾਲ ਰਿਲੇਟਡ ਸੈਟਅਪ ਪ੍ਰੋਗਰਾਮ ਸੋ ਤੁਸੀਂ ਬੂਟਿੰਗ ਤੁਹਾਨੂੰ ਪਤਾ ਲੱਗ ਗਿਆ ਬੂਟਿੰਗ ਕੀ ਹੈ ਬੂਟਿੰਗ ਦਾ ਪ੍ਰੋਸੈਸ ਇੱਕ ਕੰਪਲੀਟ ਪ੍ਰੋਸੈਸ ਹੈ ਇਹਦੇ ਵਿੱਚ ਕਿਤੇ ਵੀ ਫਾਲਟ ਹੋ ਜੇ ਕਿਤੇ ਵੀ ਕਿਤੇ ਬ੍ਰੇਕ ਹੋ ਜੇ ਚਾਹੇ ਇਸ ਜਗ੍ਹਾ ਤੇ ਫਾਲਟ ਆ ਜੇ ਨਾਰਮਲੀ ਆਪਣਾ ਜਿਹੜਾ ਫਾਲਟ ਹੁੰਦਾ ਇਸ ਜਗ੍ਹਾ ਤੇ ਹੁੰਦਾ ਹੈਗਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਕੀ ਹੁੰਦਾ ਜਿਹੜੀ ਵਿੰਡੋਜ਼ ਦੀਆਂ ਫਾਈਲਾਂ ਹੁੰਦੀਆਂ ਹੈਗੀਆਂ ਇਹਦੇ ਵਿੱਚ ਕੋਈ ਨਾ ਕੋਈ ਫਾਈਲ ਕਰਪਟ ਹੁੰਦੀ ਹੈਗੀ ਜੇ ਇਨ ਕੇਸ ਜੇ ਵਾਇਰਸ ਆ ਜੇ ਤਾਂ ਕਰਪਟ ਹੋ ਜਾਂਦੀ ਹੈਗੀ ਜਦੋਂ ਫਾਈਲ ਕਰਪਟ ਹੁੰਦੀ ਹੈਗੀ ਤਾਂ ਜਦੋਂ ਇਹ ਲੋਡਿੰਗ ਆਫ ਦਾ ਫਾਈਲਸ ਟੂ ਰੈਮ ਹੋਣੀ ਹੈਗੀ ਇਹ ਪ੍ਰੋਸੈਸ ਨਹੀਂ ਹੋ ਪਾਉਂਦੀ ਕਿਉਂਕਿ ਜਿਹੜਾ ਜਿਹੜਾ ਬੂਟ ਲੋਡਰ ਪ੍ਰੋਗਰਾਮ ਹੈ ਉਹਨੇ ਫਾਈਂਡ ਕਰਨੀ ਆ ਉਹ ਫਾਈਲ ਜਿਹੜੀ ਰਿਕੁਆਇਰਡ ਫਾਈਲ ਹੈ ਜੇ ਰਿਕੁਆਇਰਡ ਫਾਈਲ ਉਹਨੂੰ ਨਹੀਂ ਮਿਲਦੀ ਤਾਂ ਉੱਥੇ ਹੀ ਸਟਕ ਹੋ ਜਾਂਦਾ ਹੈਗਾ ਤੇ ਆਮ ਤੌਰ ਤੇ ਨਾਰਮਲੀ ਕੀ ਹੁੰਦਾ ਹੈ ਵਾਇਰਸ ਜਾਂ ਕੋਈ ਪ੍ਰੋਬਲਮ ਆ ਜਾਈ ਤਾਂ ਕੀ ਹੁੰਦਾ ਜੇ ਸਪੋਜ਼ a.sys ਫਾਈਲ ਹੈਗੀ ਆ ਉਹਦਾ ਕੁਝ ਫੰਕਸ਼ਨ ਹੈ ਸਿਸਟਮ ਦੀ ਫਾਈਲ ਹੈ ਤਾਂ ਕੀ ਕਰਦਾ ਵਾਇਰਸ ਇਸ ਫਾਈਲ ਨੂੰ ਕਿਸੇ ਹੋਰ ਕੰਟੈਂਟ ਨਾਲ ਰਿਪਲੇਸ ਕਰਦਾ ਨਾਮ ਸੇਮ ਰਹਿੰਦਾ ਹੈਗਾ ਪਰ ਜਿਹੜੇ ਇੰਟਰਨਲ ਜਿਹੜੇ ਕੰਟੈਂਟ ਹੈਗੇ ਆ a b c ਕੰਟੈਕਟ ਉਹਨੂੰ ਕੀ ਕਰਦਾ ਜੈਡ ਕਰਤਾ ਸਪੋਜ਼ ਕੰਟੈਂਟ ਦੇ ਚੇਂਜ ਹੋ ਜਾਣਗੇ ਤੇ ਜਦੋਂ ਇਹ ਫਾਈਲ a.sys ਲੱਗੇਗਾ ਫਾਈਲ ਮਿਲ ਜੇਗੀ ਪਰ ਉਹਦੇ ਕੰਟੈਂਟ ਨਹੀਂ ਹੋਣਗੇ ਇਸ ਕਰਕੇ ਕੀ ਆ ਸੋ ਇੱਥੇ ਸਟਕ ਹੋ ਜਾਏਗਾ ਸੋ ਨਾਰਮਲੀ ਕੀ ਹੁੰਦਾ ਜਦੋਂ ਆਪਾਂ ਨੂੰ ਇਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ ਤਾਂ ਆਪਾਂ ਕੀ ਕਰਦੇ ਹਾਂ ਵਿੰਡੋਜ਼ ਨੂੰ ਕੀ ਕਰਦੇ ਹਾਂ ਦੁਬਾਰਾ ਇੰਸਟਾਲ ਕਰਦੇ ਹਾਂ ਆਪਾਂ ਕਹਿੰਦੇ ਨੇ ਸਿਸਟਮ ਤੁਸੀਂ ਵਿੰਡੋਜ਼ ਦੁਬਾਰਾ ਇੰਸਟਾਲ ਕਰ ਲਓ ਉਹਦਾ ਮਤਲਬ ਕੀ ਹੁੰਦਾ ਹੈਗਾ ਦੁਬਾਰਾ ਉਹ ਫਾਈਲਾਂ ਨੂੰ ਆਪਾਂ ਕਾਪੀ ਕਰਦੇ ਹਾਂ ਵਿੰਡੋਜ਼ ਦੀਆਂ ਇਹ ਫਾਈਲ ਫਿਰ ਰਿਪਲੇਸ ਹੋ ਜਾਂਦੀ ਹੈਗੀ ਜਿਹੜੀ ਫਾਈਲ ਆਪਣੀ ਕਰਪਟ ਹੋਈ ਹੁੰਦੀ ਹੈ ਦੈਨ ਅਗੇਨ ਪ੍ਰੋਸੈਸ ਤੁਹਾਡਾ ਕੰਪਲੀਟ ਹੋ ਜਾਂਦਾ ਹੈਗਾ ਤੇ ਸਿਸਟਮ ਤੁਹਾਡਾ ਯੂਜ਼ ਦੇ ਲਈਕ ਹੋ ਜਾਂਦਾ। ਇਹਦੇ ਚ ਇੱਕ ਹੋਰ ਕਨਸੈਪਟ ਹੁੰਦਾ ਸੀਮੋ ਸੈਟਅਪ ਦਾ। ਸੀਮੋ ਸੈਟਅਪ। ਸੀਮੋ ਸੈਟਅਪ। ਸੀਮੋ ਸੈਟਅਪ ਹੁੰਦਾ ਜਦੋਂ ਕੰਪਿਊਟਰ ਤੇ ਤੁਸੀਂ ਕੀਬੋਰਡ ਤੇ ਡੈਲ ਪ੍ਰੈਸ ਕਰਕੇ ਕੁਝ ਸੈਟਿੰਗਸ ਸਟੋਰ ਕੀਤੀ ਹੁੰਦੀਆਂ ਜਿਵੇਂ ਕੀ ਕੰਪਿਊਟਰ ਦੀਆਂ ਕੋਈ ਸੈਟਿੰਗਸ ਹੁੰਦੀਆਂ ਜਿਸ ਤਰ੍ਹਾਂ ਪਾਸਵਰਡ ਹੁੰਦੇ ਗਿਆ। ਪਾਸਵਰਡ ਪਾਸਵਰਡ ਲਗਾਉਣਾ ਜਿਵੇਂ ਸਿਸਟਮ ਨੂੰ ਪਾਸਵਰਡ ਲਗਾਉਣਾ ਜਾਂ ਸਿਕਿਉਰਡ ਇਹ ਸਿਕਿਉਰਟੀ ਪਰਪਸ ਲਈ ਹੁੰਦਾ ਹੈਗਾ ਜਾਂ इवन ਤੁਹਾਡੇ ਕਲॉक ਤੁਸੀਂ ਦੇਖਿਆ ਹੋਏਗਾ ਜਿਹੜੀ ਕਲॉक ਚੱਲ ਰਹੀ ਹੁੰਦੀ ਹੈਗੀ ਆ ਕਲॉक ਮੀਨਸ ਕੀ ਜਿਹੜਾ ਜਿਹੜਾ ਟਾਈਮ ਆ ਰਿਹਾ ਹੁੰਦਾ ਕੰਪਿਊਟਰ ਦੇ ਵਿੱਚ ਕਈ ਕੰਪਿਊਟਰ ਦੇ ਵਿੱਚ ਤੁਸੀਂ ਦੇਖਿਆ ਟਾਈਮ ਸਹੀ ਨਹੀਂ ਆ ਰਿਹਾ ਹੁੰਦਾ ਹੈਗਾ ਬੇਸਿਕਲੀ ਕੀ ਹੈ ਕੁਝ ਜਿਹੜੀਆਂ ਸੈਟਿੰਗਸ ਹੈ ਇੱਕ ਚਿਪ ਹੁੰਦੀ ਹੈਗੀ ਆ ਐਨਵੀ ਰੈਮ ਕਹਿੰਦੇ ਆ ਐਨਵੀ ਰੈਮ ਚਿਪ ਹੁੰਦੀ ਹੈਗੀ ਆ ਉਹਦੇ ਨਾਲ ਇੱਕ ਇਕ ਲਿਥੀਅਮ ਦੀ ਬੈਟਰੀ ਹੁੰਦੀ ਹੈਗੀ ਆ ਹੰਤੂ ਤੁਸੀਂ ਦੇਖਿਆ ਹੋਵੇਗਾ ਕੋਈ ਵੀ ਕਲੌਕ ਹੈ ਚਾਹੇ ਆਪਾਂ ਹੈਂਡ ਤੇ ਯੂਜ਼ ਕਰਦੇ ਆ ਜਾਂ ਘਰਾਂ ਯੂਜ਼ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਸੈੱਲ ਤਾਂ ਹੁੰਦਾ ਵਿਦਆਊਟ ਸੈੱਲ ਕੋਈ ਵੀ ਕਲੌਕ ਦੁਨੀਆ ਵਿੱਚ ਵਰਕ ਨਹੀਂ ਕਰਦੀ ਉਹਨੂੰ ਪਾਵਰ ਤਾਂ ਚਾਹੀਦੀ ਹੈਗੀ ਆ ਸੋ ਨਾਰਮਲੀ ਜਦੋਂ ਸਿਸਟਮ ਚੱਲਦਾ ਹੈਗਾ ਉਸ ਟਾਈਮ ਤਾਂ ਪਾਵਰ ਜਦੋਂ ਜਿਹੜੀ ਕਲੌਕ ਕੰਪਿਊਟਰ ਦੇ ਵਿੱਚ ਉਹ ਨਾਰਮਲੀ ਕੰਮ ਕਰਦੀ ਰਹਿੰਦੀ ਕਿਉਂਕਿ ਸਿਸਟਮ 'ਚ ਪਾਵਰ ਮਿਲ ਰਹੀ ਉਹਨੂੰ ਪਰ ਜਦੋਂ ਤੁਸੀਂ ਸਿਸਟਮ ਆਫ ਕਰ ਦਿੰਨੇ ਹੈਗੇ ਤਾਂ ਨੇਚਰਲੀ ਕੀ ਹੈ ਜਿਹੜੀ ਕਲੌਕ ਆ ਜਾਂ ਕੁਝ ਹੋਰ ਸੈਟਿੰਗਸ ਹੈਗੀਆਂ ਉਹਦੇ ਲਈ ਕੀ ਹੈ ਤੁਹਾਨੂੰ ਬੈਟਰੀ ਚਾਹੀਦੀ ਹੈਗੀ ਸੋ ਇੱਕ ਐਨਵੀ ਰੈਮ ਹੁੰਦੀ ਹੈਗੀ ਰੈਂਡਮ ਐਕਸੈਸ ਮੈਮਰੀ ਹੈਗੀ ਨਾਨ ਵੋਲੇਟਾਈਲ ਰੈਂਡਮ ਐਕਸੈਸ ਮੈਮਰੀ ਇੱਕ ਲਿਥੀਅਮ ਬੈਟਰੀ ਹੁੰਦੀ ਹੈਗੀ ਜਿਹੜੀ ਕਿ ਜਦੋਂ ਸਿਸਟਮ ਤੁਸੀਂ ਆਫ ਕਰਦੇ ਨੇ ਉਸ ਟਾਈਮ ਕੀ ਕਰਦਾ ਹੈਗਾ ਜਿਹੜੀ ਤੁਸੀਂ ਸੈਟਿੰਗ ਸਟੋਰ ਕੀਤੀ ਜਿਹੜਾ ਟਾਈਮ ਸੈੱਟ ਕੀਤਾ ਹੈ ਟਾਈਮ ਜ਼ੋਨ ਸੈੱਟ ਕੀਤਾ ਹੈਗਾ ਜਿਹੜਾ ਪਾਸਵਰਡ ਲਗਾਏਗਾ ਉਸ ਚੀਜ਼ ਨੂੰ ਮੇਨਟੇਨ ਕਰਦਾ ਹੈਗੀ ਇੱਕ ਚਰਨ ਨਾਲ ਕੀ ਹੈ ਇਹ ਸਿਰਫ ਉਸ ਟਾਈਮ ਕੰਮ ਕਰਦੀ ਹੈਗੀ ਜਿਸ ਟਾਈਮ ਤੁਹਾਡੇ ਤੁਸੀਂ ਕੰਪਿਊਟਰ ਨੂੰ ਆਫ ਕਰ ਦਿੰਨੇ ਹੈਗੇ ਤੇ ਕੁਝ ਜਿਹੜੀਆਂ ਸੈਟਿੰਗਸ ਹੈ ਉਹ ਸੀਮੋਸ ਸੈਟਅਪ ਇਹ ਜਿਹੜੀ ਟਾਈਪ ਹੁੰਦੀ ਹੈਗੀ ਆ ਇਹਦੀ ਸੀਮੋਸ ਹੁੰਦੀ ਹੈਗੀ ਆ ਜਿਹੜੀ ਚਿਪ ਹੁੰਦੀ ਹੈਗੀ ਆ ਸੋ ਉਹਨੂੰ ਆਪਾਂ ਕਹਿੰਦੇ ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀ ਕੰਡਕਟਰ ਚਿਪ ਸੀਮੋਸ ਚਿਪ ਹੁੰਦੀ ਹੈਗੀ ਆ ਐਨਵੀ ਰੈਮ ਚਿਪ ਵੀ ਕਹਿੰਦੇ ਹੈਗੇ ਤੇ ਜਿਹੜੀ ਇੱਕ ਬੈਟਰੀ ਤੋਂ ਦੇਖਿਆ ਛੋਟਾ ਸੈੱਲ ਹੁੰਦਾ ਕੰਪਿਊਟਰ ਨੂੰ ਤੁਸੀਂ ਓਪਨ ਕਰੋਗੇ ਤਾਂ ਮਦਰਬੋਰਡ ਦੇ ਉੱਪਰ ਇੱਕ ਤੁਹਾਨੂੰ ਰਾਉਂਡ ਸੈੱਲ ਹੋਏਗਾ ਜਿਸ ਤਰ੍ਹਾਂ ਤੁਸੀਂ ਖਲੌਣਿਆਂ ਦੇ ਵਿੱਚ ਹੁੰਦਾ ਜਾਂ ਟਵਾਈਜ਼ ਦੇ ਵਿੱਚ ਜਾਂ ਕਈ ਵਾਰ ਤੁਹਾਡੇ ਜਿਹੜੀ ਆ ਬੈਟਰੀ ਹੋਰ ਵੀ ਕਾਫੀ ਡਵਾਈਸਸ ਦੇ ਵਿੱਚ ਇਹ ਰਾਉਂਡ ਸ਼ੇਪ ਦਾ ਸੈੱਲ ਹੁੰਦਾ ਹੈਗਾ ਇਹ ਸੈੱਲ ਕੀ ਹੈ ਇਹਦੀ ਲਾਈਫ 2-3 ইয়ার্স ਹੁੰਦੀ ਹੈਗੀ ਜਦੋਂ ਇਹ ਸੈੱਲ ਵੀਕ ਹੋ ਜਾਂਦਾ ਹੈਗਾ ਤਾਂ ਕੀ ਪ੍ਰੋਬਲਮ ਹੋਦੀਗੀ ਤੁਹਾਡਾ ਜਿਹੜਾ ਕਲੌਕ ਆ ਜਿਹੜੀ ਕੰਪਿਊਟਰ ਦੀ ਕਲੌਕ ਹੈਗੀ ਆ ਉਹ ਰੀਸੈਟ ਹੋ ਜਾਂਦੀ ਹੈਗੀ ਆ ਤੇ ਤੁਹਾਨੂੰ ਵਾਰ-ਵਾਰ ਕੀ ਜਦੋਂ ਉਹਨੂੰ ਸੈਟਿੰਗ ਕਰਨੀ ਪੈਂਦੀ ਆ ਸੋ ਉਹਦੇ ਲਈ ਬੈਟਰ ਕੀ ਹੁੰਦਾ ਹੈਗਾ ਤੁਸੀਂ ਮਾਰਕੀਟ ਤੋਂ ਬਾਈ ਕਰਕੇ ਜੇ ਤੁਸੀਂ ਰਿਪਲੇਸ ਕਰ ਦੋ ਇਹ ਵਾਲੀ ਛੋਟੀ ਜਿਹੀ ਸੈਲ ਹੁੰਦਾ ਹੈਗਾ ਕੰਪਿਊਟਰ ਦੇ ਵਿੱਚ ਫਿਰ ਤੁਹਾਡੀ ਕਲੌਕ ਚ ਹਮੇਸ਼ਾ ਕੀ ਹੈ ਟਾਈਮ ਮੈਂਟੇਨ ਰਹਿੰਦਾ ਹੈਗਾ ਦੁਆਰਾ ਫਿਰ ਉਹ ਆਫ ਨਹੀਂ ਹੁੰਦਾ ਕਿਉਂਕਿ ਜਦੋਂ ਇਹਦੀ ਲਾਈਫ ਖਤਮ ਹੋ ਜਾਂਦੀ ਹੈ ਪਾਵਰ ਨਹੀਂ ਜਾਂਦਾ ਤੇ ਜਿਹੜੀ ਤੁਸੀਂ ਸੈਟਿੰਗ ਸਟੋਰ ਕੀਤੀ ਹੁੰਦੀ ਹੈਗੀ ਇਸ ਚਿਪ ਦੇ ਥਰੂ ਇੱਕ ਸੀਮੋਸ ਪ੍ਰੋਗਰਾਮ ਹੁੰਦਾ ਹੈਗਾ ਬਾਇਓ ਸੈਟਅਪ ਪ੍ਰੋਗਰਾਮ ਉਹਨੂੰ ਬਾਇਓਸ ਸੈਟਅਪ ਪ੍ਰੋਗਰਾਮ ਕਹਿੰਦੇ ਆ ਉਹਦੇ ਥਰੂ ਆਪਾਂ ਕੀ ਹੈ ਡੈਲ ਪ੍ਰੈਸ ਕਰਕੇ ਜਾਂ F1 ਪ੍ਰੈਸ ਕਰਕੇ ਅਲੱਗ-ਅਲੱਗ ਕੀਜ਼ ਹੁੰਦੀਆਂ ਸੋ ਉਹਦੇ ਅਕੋਰਡਿੰਗਲੀ ਕੀ ਹੈ ਦੈਲ ਜਾਂ ਡਿਫਰੈਂਟ ਕੀਜ਼ ਹੁੰਦੀਆਂ ਹੈਗੀਆਂ ਉਹਦੇ ਅਕੋਰਡਿੰਗਲੀ ਤੁਸੀਂ ਬਾਇਓ ਸੈਟਅਪ ਪ੍ਰੋਗਰਾਮਸ ਜਾਂਦੇ ਹੈਗੇ ਤੇ ਤੁਸੀਂ ਸੈਟਿੰਗ ਸਟੋਰ ਕਰ ਸਕਦੇ ਆ ਪਾਸਵਰਡ ਲਗਾ ਸਕਦੇ ਆ ਸਕਿਉਰਟੀ ਲਗਾ ਸਕਦੇ ਆਗੇ ਤੇ ਇਵਨ ਤੁਸੀਂ ਟਾਈਮ ਇੱਕ ਬੂਟ ਸੀਕੁਐਂਸ ਹੁੰਦਾ ਹੈਗਾ ਤੁਸੀਂ ਕਿਹੜੇ ਡਿਵਾਈਸ ਤੋਂ ਬੂਟ ਕਰਨਾ ਹੈਗਾ ਬੂਟ ਸੀਕੁਐਂਸ ਬੂਟ ਸੀਕੁਐਂਸ ਸੀਕੁਐਂ ਨਾਰਮਲੀ ਜਿਹੜੀ ਆਪਣੀ ਬੂਟਿੰਗ ਹੁੰਦੀ ਹੈ ਹਾਰਡ ਡਿਸਕ ਤੋਂ ਹੁੰਦੀ ਹੈਗੀ ਬੂਟਿੰਗ ਦਾ ਮਤਲਬ ਕੀ ਆਪਣਾ ਸਿਸਟਮ ਜਦੋਂ ਆਨ ਹੁੰਦਾ ਫਾਈਲਾਂ ਕਿੱਥੋਂ ढੋਂਦਾ ਹੈਗਾ ਹਾਰਡ ਡਿਸਕ ਤੋਂ ਪਰ ਕਈ ਵਾਰ ਜਦੋਂ ਸਿਸਟਮ ਕਰਾਪਟ ਹੋ ਜਾਂਦਾ ਹੈਗਾ ਤਾਂ ਆਪਾਂ ਨੂੰ ਬੂਟਿੰਗ ਕਿੱਥੋਂ ਕਰਾਉਣੀ ਪੈਂਦੀ ਹੈ ਸੀਡੀ ਜਾਂ ਡੀਵੀਡੀ ਤੋਂ ਕਰਾਉਣੀ ਪੈਂਦੀ ਹੈਗੀ ਤਾਂ ਉਹਦੇ ਵਿੱਚ ਬੂਟ ਸੀਕੁਐਂਸ ਦੇਣਾ ਪੈਂਦਾ ਉਹ ਵੀ ਸਾਰੀ ਜਿਹੜੀ ਸੈਟਿੰਗ ਹੈਗੀ ਆ ਉਹ ਐਸਿਪ ਦੇ ਥਰੂ ਹੁੰਦੀ ਹੈਗੀ ਤੇ ਬਾਇਸ ਸੈਟਅਪ ਪ੍ਰੋਗਰਾਮ ਦੇ ਥਰੂ ਹੁੰਦੀ ਹੈਗੀ ਸੋ ਇੱਕ ਇਹ ਜਨਰਲ ਜਿਹੜਾ ਹੈਗਾ ਇਹ ਕਨਸੈਪਟ ਜਿਹੜਾ ਹੈਗਾ ਇਹ ਬਾਇਸ ਦਾ ਹੈਗਾ ਤੇ ਇਸ ਤੋਂ ਇਲਾਵਾ ਬਾਇਸ ਦੀਆਂ ਡਿਫਰੈਂਟ ਸਰਵਿਸਿਜ਼ ਹੈ ਉਹਨਾਂ ਦੇ ਜਸਟ ਮੈਂ ਨੇਮਿੰਗ ਦੇਵਾਂਗਾ ਕੀ ਕੀ ਸਰਵਿਸਿਜ਼ ਪਲੇ ਕਰਦਾ ਹੈਗਾ ਕਿਉਂਕਿ ਜਿੰਨੇ ਡਿਵਾਈਸਿਜ਼ ਹੈਗੇ ਸਾਰਿਆਂ ਵਿੱਚ ਕੁਛ ਨਾ ਕੁਛ ਰੋਲ ਅਦਾ ਕਰਦਾ ਹੈਗਾ जिस तरह की जड़ियादी सर्विसिज है, है बायो सर्विसिज बायोस सर्विसिज बायोस कि सर्विसिज बायो करता है सब तो पहला, वीडियो डिस्प्ले

ਪ੍ਰਿੰਟਰ ਸਰਵਿਸ ਦੈਨ ਹਾਰਡ ਡਿਸਕ ਹਾਰਡ ਡਿਸਕ ਡਰਾਈਵ ਜਾਂ ਡੀਵੀ ਹਾਰਡ ਡਿਸਕ ਡਰਾਈਵ ਸਰਵਿਸ ਐਚ ਡੀ ਡੀ ਸਰਵਿਸ ਕਹਿੰਦੇ ਆ ਆਈ ਓ ਸਰਵਿਸ ਜਿਹੜੇ ਇਨਪੁਟ ਆਊਟਪੁਟ ਜਿੰਨੀ ਹੁੰਦੀ ਹੈਗੀ ਆ ਦੈਨ ਸੀਰੀ ਆਈ ਓ ਡਿਵਾਈਸਿਸ ਜਿੰਨੇ ਹੁੰਦੇ ਹੈਗੇ ਆ ਉਹਦੇ ਰਿਲੇਟਡ ਸਰਵਿਸ ਹੁੰਦੀਆਂ ਹੈਗੀਆਂ ਪ੍ਰਿੰਟਰ ਸਰਵਿਸ ਹੋ ਗਈਆਂ ਹੈਗੀਆਂ बेसिक या रीबूटिंग या रियल टाइम क्लॉक सर्वसिज सो डिफरेंट तरह दिया सर्विसिज जगह ये है डिफरेंट रूटीन्स होंगे है डिफरेंट रजिस्टर्स होंगे है डिफरेंट इंटरप्ट होंगे इंटरप्ट सर्विसिज होंग सारियाँ जिन्हें इंटरप्ट सर्विसिज है इंटरप्ट सर्विसिज इंटरप्ट रूटीन्स ਪ੍ਰੋਟੀਨਸ ਹੁੰਦੇ ਆ ਇਹ ਸਾਰੇ ਕੀ ਹੈ ਇਹ ਕਿਹਦੇ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਹੈਗੇ ਆ ਇਹ ਸਾਰੇ ਬਾਇਸ ਪ੍ਰੋਵਾਈਡ ਕਰਦਾ ਸੋ ਇਹ ਨਾਰਮਲੀ ਜਿਹੜੀਆਂ ਇਹ ਜਿਹੜੀਆਂ ਸਰਸਿਸ ਹੈਗੀਆਂ ਇਹ ਬਾਇਸ ਦੀਆਂ ਸਰਸਿਸ ਹੈਗੀਆਂ